ਬੇਟਾ ਹੁਣ ਅਪਾ ਅਭਿਆਸ 6.1 ਸ਼ੁਰੂ ਕਰਨ ਜਾ ਰਹੇ ਆ ਪਹਿਲਾ ਪ੍ਰਸ਼ਨ ਹੈ ਹੇਠਾਂ ਲਿਖਿਆ ਸੰਖਿਆਵਾਂ ਦੇ ਵਰਗਾਂ ਦੀ ਇਕਾਈ ਦੇ ਅੰਕ ਕੀ ਹੋਣਗੇ ਅਸੀਂ ਵਰਗ ਨਹੀਂ ਕਰਨਾ ਸਿਰਫ ਵਰਗਾਂ ਦੀ ਇਕਾਈ ਦਾ ਅੰਕ ਦੱਸਣਾ ਹੈ ਉਹਦੇ ਲਈ ਬਹੁਤ ਹੀ ਸੌਖਾ ਤਰੀਕਾ ਹੈ ਤੁਹਾਡੇ ਕੋਲ ਪਹਿਲਾ ਸਵਾਲ ਹੈ 81 81 ਤੁਸੀਂ ਹੁਣ ਧਿਆਨ ਨਾਲ ਦੇਖੋ ਮੈਂ ਕਿੱਦਾਂ ਕਰਨ ਲੱਗਾ ਆ 81 ਦਾ ਇਕਾਈ ਅੰਕ ਕੀ ਹੈ 1 ਤੇ ਇਸ ਤੁਸੀਂ 1 ਦੀ 2 ਘਾਤ ਕਰਨੀ ਹੈ ਮਤਲਬ 81 ਦੇ ਵਰਗ ਦਾ ਇਕਾਈ ਅੰਕ ਕੱਢਣਾ ਹੈ ਨਾ ਆਪਾਂ ਕਿੱਦਾਂ ਕੱਢਾਂਗੇ ਜੋ ਇਹਦਾ ਇਕਾਈ ਅੰਕ ਹੈ ਉਹਦੀ ਘਾਤ 2 ਕਰਕੇ 1 1 ਇਹਨੂੰ ਵੀ ਬੋਲਦੇ ਆਪਾਂ 1 1 ਕਿੰਨਾ ਆ ਗਿਆ 1 ਆਨਸਰ ਤੁਸੀਂ ਸਿਰਫ ਇਕਾਈ ਅੰਕ ਦੱਸਣਾ ਹੈ ਬੇਟਾ ਇੱਕ ਹੋਰ ਦੇਖੋ ਐਗਜ਼ਾਮਪਲ ਸੈਕਿੰਡ ਪਾਰਟ ਸਾਡੇ ਕੋਲ ਹੈਗਾ 272 ਤਾਂ 272 ਤੋ ਦੇ ਵਰਗ ਦਾ ਇਕਾਈ ਅੰਕ ਅਖੀਲਾ ਇਕਾਈ ਅੰਕ ਹੀ 2 ਤੋ 2 ਦੀ ਘਾਤ 2 ਇਹਦਾ ਮਤਲਬ ਹੁੰਦਾ ਹੈ 2 2 2 ਦੋਣੀ 4 4 ਤੁਹਾਡਾ ਆਨਸਰ ਹੋਏਗਾ ਲੱਗ ਰਹੀ ਸਮਝ ਜਿਤਾਤੀ ਜਪਾਗ ਦੇਖੋ ਤੁਹਾਡੇ ਕੋਲ ਹੈ 799 ਹੁਣ ਧਿਆਨ ਨਾਲ ਦੇਖਣਾ ਬੇਟਾ 799 ਦੇ ਵਰਗ ਦਾ ਇਕਾਈ ਅੰਕ ਕਿੰਨਾ ਹੋਏਗਾ 9 ਦੀ ਘਾਤ 2 ਕਿੰਨਾ ਹੋਇਆ 9 9 ਕਿੰਨਾ ਹੁੰਦਾ 81 ਹੁਣ ਇਹ ਤਾਂ ਡਬਲ ਆ ਗਿਆ ਅਕਰ ਸਾਨੂੰ ਤਾਂ ਇਕਾਈ ਅੰਕ ਚਾਹੀਦਾ ਨਾ ਤੇ ਹੁਣ 81 ਦੇ ਇਕਾਈ ਅੰਕ ਕੋਣ ਹੈ 1 1 ਹੋਵੇਗਾ ਇਹਾਂ ਰੱਖਣਾ ਜੇਕਰ ਤੁਹਾਡੇ ਕੋਲ ਦਿੱਤੇ ਇਸ ਰਕਮ ਦੇ ਇਕਾਈ ਅੰਕ ਦੀ ਘਾਤ ਦੋ ਕਰਨ ਤੋਂ ਬਾਅਦ ਦੋ ਅੱਖਰ ਆ ਜਾਂਦੇ ਆ ਤਾਂ ਵੀ ਤੁਸੀਂ ਉਹਦਾ ਇਕਾਈ ਅੰਕ ਹੀ ਦੱਸਣਾ ਹੈ ਬਟਾ ਉਹਨੇ ਪੁੱਛਿਆ ਹੀ ਸਿਰਫ ਇਕਾਈ ਅੰਕ ਹੈ ਤੁਹਾਡੇ ਤੋਂ ਚੌਥਾ ਭਾਗ ਦੇਖੋ ਤੁਸੀਂ 3853 ਹੁਣ 3853 ਦੇ ਵਰਗ ਦਾ 21 ਅੰਕ ਕਿੰਨਾ ਹੋਏਗਾ ਬੇਟਾ ਅਕੀਲਾ ਅੰਕ ਕਿੰਨਾ ਹੈ 3 3 ਦੀ ਘਾਤ 2 ਮਤਲਬ 3 3 9 ਤਾਂ 9 ਹੋਵੇਗਾ ਆ ਰਹੀ ਸਮਝ ਇਸੇ ਤਰ੍ਹਾਂ ਅਸੀਂ ਉਹਦੇ ਅਗਲੇ ਭਾਗ ਵੀ ਕਰਨੇ ਆ ਜਿਵੇਂ ਹੁਣ ਪੰਜਵਾਂ ਭਾਗ ਦੇਖੋ ਬੇਟਾ ਪੰਜਵਾਂ ਭਾਗ ਹੈ 1 2 3 4 ਹੁਣ 1 2 3 4 ਦੇ ਵਰਗ ਦਾ ਇਕਾਈ ਅੰਕ ਕੀ ਹੋਏਗਾ ਇਕਾਈ ਅੰਕ ਕੀ ਹੋਏਗਾ ਜੋ ਕਿ 4 4 ਦੀ ਘਾਤ 2 ਮਤਲਬ 4 4 ਕਿੰਨਾ ਹੋ ਗਿਆ 16 ਮੈਂ ਤੁਹਾਨੂੰ ਪਹਿਲੇ ਵੀ ਸਮਝਾਇਆ ਕਿ ਜਦੋਂ ਆਪਾਂ ਇਹਦੇ ਇਕਾਈ ਅੰਕ ਦੀ ਘਾਤ 2 ਕਰਾਂਗੇ ਤਾਂ ਜੇਕਰ ਸਾਡੇ ਕੋਲ ਦੋ ਅੱਖਰ ਆ ਰਿਹਾ ਤਾਂ ਸਾਰੀ ਅਸੀਂ ਆ ਉਹਦਾ ਆਨਸਰ ਸਿਰਫ ਇਕਾਈ ਅੰਕ ਦੇਣਾ ਹੈ ਉਹਦੀ ਦੁਬਾਰਾ ਘਾਤ 2 ਨਹੀਂ ਕਰਨੀ ਤਾਂ ਹੁਣ ਸਾਡਾ ਇਕਾਈ ਕਿੰਨਾ ਹੋਇਆ 6 ਹੋਵੇਗਾ ਸਮਝ ਲੱਗ ਰਹੀ ਹੈ ਜੋ ਵੀ ਸਾਡੇ ਕੋਲ ਸਵਾਲ ਹੈ ਜਿਵੇਂ ਨਿਕਲਿਆ 26387 ਤੋਂ ਇਸ 7 ਦੀ ਘਾਤ 2 ਕਰਨੀ ਹੈ 7 ਦੀ ਘਾਤ 2 ਕਿੰਨੀ ਹੋਗੀ 7 7 49 ਤਾਂ ਇਕਾਈ ਅੰਕ ਕਿੰਨਾ ਆਇਆ ਤੁਹਾਡਾ 9 नो होगा आई समझ इस तरह अगला सवाल है तो फाइव टू सिक्स नाइन एट इकाई अंक की है अठ तो अठ आथ तो की घात दो अठू अठा चौंठ तो इकाई अंक कि आया चार होगा आ रही समझ इदा ही एदीला कि जीरो तो जीरो की घात दो तो जीरो गुणा जीरो कि जीरो तो जीरो होगा, इस तरह यद अगला ਨੋਵੇਬਰ ਹੈ 12796 ਤੇ ਇਕਾਈ ਅੰਕ ਕਿੰਨਾ ਹੈ 6 ਤੇ 6 ਦੀ ਘਾਤ 2 6 6 ਕਿੰਨਾ ਹੁੰਦਾ 36 ਤੇ ਇਕਾਈ ਅੰਕ ਕਿੰਨਾ ਹੋਆ 6 ਹੋਵੇਗਾ 55555 ਅਸੀਂ ਇੰਨਾ ਵੱਡਾ ਅੱਖ ਨਹੀਂ ਸਿੱਖਣਾ ਆ ਇਕਾਈ ਅੰਕ ਦੇਖਣਾ ਹੈ 5 5 ਦੀ ਘਾਤ 2 ਕਿੰਨਾ ਹੋ ਗਿਆ 50 25 ਤੇ ਇਕਾਈ ਅੰਕ ਕਿੰਨਾ ਆ 5 ਹੋਵੇਗਾ ਇਸ ਤਰ੍ਹਾਂ ਇਹ ਸਾਡਾ ਪਹਿਲਾ ਸਵਾਲ ਖਤਮ ਹੋਇਆ ਹੈ ਉਮੀਦ ਹੈ ਤੁਹਾਨੂੰ ਪਹਿਲਾ ਸਵਾਲ ਪੂਰਾ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਜਿਸ ਬੱਚੇ ਨੇ ਬੇਟਾ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਬੈਲ ਆਈਕਨ ਨਹੀਂ ਦਬਾਇਆ ਤੇ ਮੇਰੀ ਵੀਡੀਓਜ਼ ਨੂੰ ਲਾਈਕ ਜੇ ਤੁਹਾਨੂੰ ਲੱਗਦੀ ਹੈ ਵਾਕਈ ਕਿ ਵੀਡੀਓ ਨੂੰ ਲਾਈਕ ਕਰਨਾ ਚਾਹੀਦਾ ਹੈ ਤਾਂ ਹੀ ਵੀਡੀਓ ਨੂੰ ਲਾਈਕ ਕਰਿਓ ਤੁਹਾਨੂੰ ਸਮਝ ਆ ਰਿਹਾ ਹੈ ਤਾਂ ਹੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ